ਸਰਦਿਕਾ ਲਾਇ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਨਿਗਾ ਸਵਾਗਤ ਹੈ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਗੁਰਬਾਣੀ ਵੀ ਕਹਿੰਦੀ ਹੈ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਗੁਰੂ ਨਾਨਕ ਸਾਹਿਬ ਨੇ ਵੀ ਰੋਪੇ ਦਾ ਲੰਗਰ ਸ਼ੁਰੂ ਕੀਤਾ ਸੀ ਜੋ ਅਨਾਜ ਸਾਡੇ ਸਰੀਰ ਦੀ ਭੁੱਖ ਮਿਟਾਉਂਦਾ ਹੈ ਇਸੇ ਤਰ੍ਹਾਂ ਹੀ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਸ਼ਖਸੀਅਤ ਨਾਲ ਕਰਾਵਾਂਗੇ ਜਿਨ੍ਹਾਂ ਨੇ ਗੁਰਸ਼ਬਦ ਦਾ ਲੰਗਰ ਜੋ ਗੁਰੂ ਸਾਹਿਬ ਨੇ ਸਾਡੀ ਆਤਮਾ ਦੀ ਭੁੱਖ ਮਿਟਾਉਣ ਲਈ ਸਾਨੂੰ ਬਾਣੀ ਦੇ ਰੂਪ ਦੇ ਵਿੱਚ ਦਿੱਤਾ ਉਸ ਫਿਲਾਸਫੀ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦਾ ਜੋ ਲਿਟਰੇਚਰ ਦਾ ਲੰਗਰ ਹੈ ਜਿਨ੍ਹਾਂ ਨੇ ਲਗਾਇਆ ਹੈ ਮੇਰੀ ਮੁਰਾਦ ਸਰਦਾਰ ਸਰੂਪ ਸਿੰਘ ਅਲੱਗ ਦੇ ਨਾਲ ਹੈ ਜਿਨ੍ਹਾਂ ਨੇ ਆਪਣੀਆਂ ਸੌ ਤੋਂ ਉੱਤੇ ਕਿਤਾਬਾਂ ਜੋ ਲਿਖੀਆਂ ਹਨ ਅਤੇ ਸਾਰੀ ਦੁਨੀਆ ਦੇ ਵਿੱਚ ਵਰਲਡ ਕਲਾਸ ਕੁਆਲਟੀ ਦੇ ਵਿੱਚ ਪ੍ਰਿੰਟ ਕਰਾ ਕੇ ਮੁਫਤ ਵੰਡੀਆਂ ਹਨ ਜਿਨ੍ਹਾਂ ਦਾ ਕਿਤਾਬਾਂ ਦਾ ਲੰਗਰ ਲਗਾਇਆ ਹੈ ਤੇ ਘਰ ਘਰ ਤੱਕ ਇਹ ਲਿਟਰੇਚਰ ਪਹੁੰਚਾਇਆ ਹੈ ਆਪ ਸਭ ਦਾ ਇਹਨਾਂ ਦੇ ਨਾਲ ਇਹਨਾਂ ਦੇ بیٹے ਸਰਦਾਰ ਸੁਖਿੰਦਰਪਾਲ ਸਿੰਘ ਜੀ ਤੇ ਡਾਕਟਰ ਰਮਿੰਦਰਦੀਪ ਸਿੰਘ ਜੀ ਵੀ ਸਾਡੇ ਸਟੂਡੀਓ ਚ ਆਏ ਹਨ ਆਪ ਸਭ ਦਾ ਚਰਦੀ ਖਲਾ ਟਾਈਮ ਟੀਵੀ ਸਟੂడియో ਚਾਂਟ ਤੇ ਮੇਰਾ ਸਵਾਗਤ ਹੈ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਤੁਸੀਂ ਬੜਾ ਚਿਰ ਪੰਜਾਬ ਸਰਕਾਰ ਦੇ ਬਤੌਰ ਅਫਸਰ ਤੇ ਬਤੌਰ ਕਈ ਅچھے ਅਹੁਦਿਆਂ ਦੇ ਉੱਤੇ ਤੁਸੀਂ ਸੇਵਾ ਨਿਭਾਈ ਹੈ ਜੀ ਜੀ ਤੇ ਜੀਵਨ ਕਾਲ ਦੇ ਵਿੱਚ ਉਹ ਸੇਵਾ ਕਰਦੇ ਹਾਂ ਤੁਸੀਂ ਨਾਲ-ਨਾਲ ਆਪਣੀ ਦੁਨੀਆਵੀ ਪੜਾਈ ਵੀ ਪੂਰੀ ਕੀਤੀ ਹੈ ਇਹ ਸ਼ੌਂਕ ਕਿਵੇਂ ਪੈਦਾ ਹੋਇਆ ਵੀ ਹਾਂ ਜੀ ਜਿਹੜਾ ਲਿਟਰੇਚਰ ਹੈ ਉਹ ਅਸੀਂ ਘਰ ਘਰ ਤੱਕ ਮੁਫਤ ਵੰਡੀਏ ਜਿ세 ਤੁਸੀਂ ਤੁਸੀਂ ਗੱਲ ਕੀਤੀ ਹੈ ਵੀ ਇਹ ਸ਼ੌਕ ਕਿਵੇਂ ਉੱਠਿਆ ਇਹ ਗੱਲ ਠੀਕ ਹੈ ਕਿ ਸ਼ੌਕ ਨਾਲ ਜਿਹੜਾ ਕੰਮ ਕੀਤਾ ਜਾਂਦਾ ਹੈ ਉਸ ਵਿੱਚ ਸਭ ਕੁਆਲਿਟੀਆਂ ਹੁੰਦੀਆਂ ਜੀ ਤੇ ਜਿਹੜਾ ਮਜਬੂਰੀ ਚ ਜਾਂ ਡਿਊਟੀ ਸੰਨਕੇ ਕੀਤਾ ਜਾਂਦਾ ਹੈ ਉਹਦੇ ਵਿੱਚ ਸਿਰਫ ਜ਼ਿੰਮੇਵਾਰੀ ਤੋਂ ਬਚਣ ਦੀ ਗੱਲ ਹੀ ਹੁੰਦੀ ਹੈ ਵੀ ਮੇਰੀ ਜ਼ਿੰਮੇਵਾਰੀ ਪੁੱਗ ਜਾਏ ਬਸ ਬਾਕੀ ਠੀਕ ਠਾਕ ਹੈ ਔਰ ਮੈਂ ਇੰਗਲੈਂਡ ਆਇਤੋਂ तकरीबन 45 ਸਾਲ ਪਹਿਲੇ ਪੜ੍ਹਨ ਵਾਸਤੇ ਗਿਆ ਔਰ ਉੱਥੇ ਜਾ ਕੇ ਮੈਂ ਦੇਖਿਆ ਕਿ ਮੈਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਦੋਂ ਆਪਣੀ ਪੜ੍ਹਾਈ ਦੇ ਸਿਛਸੇ ਸਾਰੇ ਯੂਰਪ 'ਚ ਗਿਆ ਜੀ ਮੈਂ ਜਿੱਥੇ ਵੀ ਹਵਾ ਯਾਤਸ ਗਿਆ ਮੈਨੂੰ 크ਿਸਚੀਅਨਟੀ ਦਾ ਲਿਟਰੇਚਰ ਮਿਲੇ ਜੇ ਮੈਂ ਹੋਟਲ 'ਚ ਗਿਆ ਉੱਥੇ ਮੈਨੂੰ ਸਵੇਰੇ ਬਾਈਬਲ ਉੱਥੇ ਟੇਬਲ ਦੇ ਪਈ ਦਿੱਸੀ ਜੀ ਔਰ ਸੁਰਗ ਦੇ ਵੀ ਮੈਨੂੰ ਲਿਟਰੇਚਰ ਉਸ ਵਕਤ ਸਿਰਫ 크ਿਸਚੀਅਨਟੀ ਦਾ ਮਿਲਦਾ ਸੀ ਤਾਂ ਮੈਂ ਸੋਚਦਾ ਸਾਂ ਕਿ ਇਹ ਕਿਤਨੇ ਸ਼ਕਤੀਸ਼ਾਲੀ ਇਨਸਾਨ ਕਿ ਇਹ ਮਹਿਸੂਸ ਕਰਦੇ ਨੇ ਕਿ ਜਦ ਤੱਕ ਇਹ ਲਿਟਰੇਚਰ ਦੁਨੀਆ ਦੇ ਹੱਥਾਂ ਜਿਹੇ ਨਹੀਂ ਜਾਏਗਾ ਸਾਡੀ ਗੱਲ ਕਿਵੇਂ ਲੋਕਾਂ ਨੂੰ ਪਤਾ ਲੱਗੇਗੀ ਜੀ ਔਰ ਇਹ ਇਤਨੇ ਅਲਰਟ ਨੇ 200 ਕਰੋੜ ਦੁਨੀਆ ਇਹਨਾਂ ਦਾ ਲਿਟਰੇਚਰ ਪੜ ਗਏ ਇਹਨਾਂ ਦਾ ਸਤਿਕਾਰ ਕਰਦੀ ਹੈ ਇਹਨਾਂ ਦੇ ਧਰਮ ਨੂੰ ਜਾਣਦੀ ਹੈ ਔਰ ਸਾਡਾ ਧਰਮ ਤੇ ਬਹੁਤ ਨਵੀਨ ਧਰਮ ਹੈ ਬੜਾ ਖੂਬਸੂਰਤ ਧਰਮ ਹੈ ਉਸ ਦੀਆਂ ਤੇ ਰੌ ਰੀਤੀਆਂ ਰਿਵਾਜ ਔਰ ਦਸ ਗੁਰੂ ਸਹਿਬਾਨ ਦੀ ਜੋ ਸਾਨੂੰ ਦੇਣ 239 ਸਾਲ ਦੀ ਕਹਾਣੀ ਹੈ ਔਰ ਸੱਚ ਦਾ ਨੇਕੀ ਦਾ ਪਿਆਰ ਦਾ ਹਮਦਰਦੀ ਦਾ ਸੇਵਾ ਦਾ ਸਿਮਰਨ ਦਾ ਸਰਬੱਤ ਦੇ ਭਲੇ ਦਾ ਵਣ ਛਕਣ ਦਾ ਜੋ ਪੈਗਾਮ ਦਾ ਸਗੁਰ ਸਾਹਿਬਾਨੇ ਔਰ ਗੁਰ ਗ੍ਰੰਥ ਸਾਹਿਬ ਨੇ ਸੰਦਿੱਟੇ ਉਹਦਾ ਤੇ ਕੋਈ ਮੁਕਾਬਲਾ ਹੀ ਨਹੀਂ ਕੀਤਾ ਦਿਸਦਾ ਕਿਸੇ ਪਾਸੇ ਨਹੀਂ ਦਿਸਦਾ ਤੇ ਫਿਰ ਜੇ ਅਸੀਂ ਚੁੱਪ ਕਰਕੇ ਬੈਠੀਆਂ ਤੇ ਸਮਝਦੇ ਅਸੀਂ ਦੁਨੀਆ ਦੇ ਹਾਨੀ ਹੋ ਹੀ ਨਹੀਂ ਸਕਦੇ ਔਰ ਜੇ ਅਸੀਂ ਨਹੀਂ ਹੋ ਸਕਦੇ ਤਾਂ ਅਸੀਂ ਗਵਾਚੇ ਗਵਾਚੇ ਰਹਾਂਗੇ ਕੋਈ ਸਾਨੂੰ ਕੁਝ ਸਮਝੇਗਾ ਕੋਈ ਸਾਨੂੰ ਕੋਈ ਸਮਝਿਆ ਕੋਈ ਸਾਨੂੰ ਹੋਰ ਸਮਝੇਗਾ ਇਸ ਵਿੱਚ ਮੇਰੇ ਮਨ ਚ ਉਸ ਵਕਤ ਜਿਸ ਉਹ ਮੈਂ ਤੁਹਾਡੀ ਉਮਰ ਦਾ ਸੀ ਮੈਨੂੰ ਪਤਾ ਤੁਸੀਂ ਅਮਰੀਕਾ ਪੜ੍ਹ ਕੇ ਆਏ ਮੈਂ ਤੁਹਾਡਾ ਉੱਥੇ ਮਿਲ ਵੀ ਮੈਰਾ ਹੋਇਆ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਆਪਣੇ ਧੰਨਵਾਦ ਆ ਗਿਆ ਕਿ ਮੈਂ ਵੀ ਕਿਸੇ ਵਕਤ ਇਸ ਤਰ੍ਹਾਂ ਤੁਹਾਡੇ ਕੋਲ ਉੱਥੇ ਬਾਹਰ ਪੜ੍ਹਦਾ ਸੀ ਤਾਂ ਮੈਂ ਉਸੋ ਕੁਝ ਦਾ ਹੀ ਮਹਿਸੂਸ ਕੀਤਾ ਕਿ ਜੇ ਸਾਡੀ ਕੌਮ ਨੇ ਇੰਟਰਨੈਸ਼ਨਲ ਪੱਧਰ ਤੇ ਸ਼ਕਤੀ ਹਾਸਲ ਕਰਨੀ ਹੈ ਆਪਣੀ ਹੋਂਦ ਹਾਸਲ ਕਰਨੀ ਹੈ ਆਪਣਾ ਅਹਿਸਾਸ ਪ੍ਰਗਟਾਉਣਾ ਹੈ ਆਪਣੇ ਗੁਰੂ ਸਾਹਿਬਾਨ ਦੀ ਜੋ ਕੁਰਬਾਨੀਆਂ ਜਫਰ ਜਾਲਗਦ ਗੁਰੂ ਸਾਹਿਬਾਨ ਨੇ ਆਪਣੀ ਸ਼ਹਿਦਾਂ ਦੇ ਕੇ ਸਾਨੂੰ ਸਿੱਖੀ ਚ ਪਰਪੱਕ ਕੀਤਾ ਕਾਡੀ ਵੱਡੀ ਗੱਲ ਸੀ ਬਿਲਕੁਲ ਤੇ ਇਹ ਅਸੀਂ ਜਦ ਤੱਕ ਦੁਨੀਆ ਨੂੰ ਨਹੀਂ ਦੱਸ ਸਕਾਂਗੇ ਅਸੀਂ ਨਾ ਚੰਗੇ ਵਾਰਿਸ ਹੋ ਸਕਦੇ ਆਂ ਤੇ ਨਾ ਹੀ ਚੰਗੇ ਸ਼ੇਸ਼ ਹੋ ਸਕਦੇ ਆ ਇਸ ਵਾਸਤੇ ਮੇਰੇ ਮਨ ਚ ਉਸ ਵਕਤ ਦੀ ਇਤੰਗ ਪੈਦਾ ਹੋ ਗਈ ਕਿ ਆਪਣੇ ਵਾਸਤੇ ਜੀਣਾ ਤਾਂ ਹਰ ਬੰਦਾ ਜੀਂਦਾ ਹੈ ਤੇ ਜੇ ਤੁਸੀਂ ਕੌਮ ਵਾਸਤੇ ਮਨੁੱਖਤਾ ਵਾਸ ਕੁਝ ਕਰ ਸਕੋ ਤੇ ਫਿਰ ਉਸ ਜੀਣ ਦੀ ਜਿਹੜੀ ਕਦਰ ਹੈ ਔਰ ਸਵਾਦ ਹੈ ਉਹ ਵੱਖਰਾ ਹੈ ਇਸ ਗੱਲ ਨੂੰ ਉਸ ਉਮਰ ਚ ਗੰਨ ਮਾਰਗ ਲੈ ਕੇ ਮੈਂ ਜਦੋਂ ਇੰਡੀਆ ਆਇਆ ਤੇ ਮੇਰੇ ਅੰਦਰ ਇੱਕ ਬਿਲਕੁਲ ਤਬਦੀਲੀ ਆ ਗਈ ਜਿਸ ਤੋਂ ਤੁਸੀਂ ਕਿਹਾ ਮੇਰੇ ਉਸ ਤੋਂ ਬਹੁਤ ਵੱਡੀ ਪੋਸਟ ਸੀ ਮੈਂ ਡਾਇਰੈਕਟਰ ਸੀ ਮੇਰੇ ਕੋਲ ਸਾਰੀ ਠਾਠ ਵਾਠ ਸੀ ਸਰਕਾਰੀ ਲੇਕਿਨ ਮੈਂ ਸਾਰੀ ਦਾ ਤਿਆਗ ਕਰਕੇ 1/3 ਦੇ ਹੱਦ ਮੈਂ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰਤਾ ਔਰ ਇੱਕ ਚੌਂਪੜੀ ਟਾਈਪ ਕਾਰਜ ਜ ਰਹਿਣਾ ਸ਼ੁਰੂ ਕਰਤਾ ਤੇ ਜੋ ਕੁਝ ਮੇਰੇ ਕੋਲ ਬਚਦਾ ਸੀ ਉਹ ਮੈਂ ਉਹ ਜਿਹੀਆਂ ਕਿਤਾਬਾਂ ਉਸ ਵਿੱਚ ਛੋਟੀਆਂ ਛੋਟੀਆਂ ਚਪਵਾ ਗਏ ਇੱਕ ਚਾਪ ਪੂਰਾ ਕਰਦਾ ਕਹਿੰਦਾ ਕਦੇ ਦੁਖਨਾਨ ਗੁਰਦੁਆਰਾ ਸਭ ਜੇ ਵੰਡਾ ਹੁੰਦਾ ਕਦੇ ਅੰਬਾਲਾ ਜਾ ਕੇ ਵੰਡਾ ਹੁੰਦਾ ਕਹਿੰਦਾ ਦਿੱਲੀ ਜਾ ਕੇ ਵੰਡਾ ਹੁੰਦਾ ਔਰ ਮੈਂ ਸਮਝਦਾ ਕਿ ਚਲੋ ਕੁਝ ਤਾਂ ਸ਼ੁਰੂ ਹੈ ਇੱਕ ਚਾਹ ਤਾਂ ਸ਼ੁਰੂ ਹੈ ਲੇਕਿਨ ਮੈਨੂੰ ਜਿਉਂ-ਜਿਉਂ ਮੇਰੇ ਸ਼ੌਕ ਵੱਧਾ ਗਿਆ ਮੈਨੂੰ ਸਲਾਹ ਦੇਣ ਵਾਲੇ ਵੀ ਨਿਕਲਦੇ ਗਏ ਵੀ ਇਹ ਕੰਮ ਸੌਖਾ ਨਹੀਂ ਹੈ ਇਹ ਤੇ ਐਸਜੀਪੀਸੀ ਵੀ ਨਹੀਂ ਕਰ ਸਕਦੀ ਇਹ ਤੇ ਵੱਡੀਆਂ-ਵੱਡੀਆਂ ਏਜੰਸੀਆਂ ਵੀ ਨਹੀਂ ਕਰ ਸਕਦੀ ਕਿਉਂਕਿ ਕਿਤਾਬ ਛਪਣ 'ਚ ਬਹੁਤ ਖਰਚਾ ਹੁੰਦਾ ਹੈ ਉਹਦੇ ਇਸ ਕਿਤਾਬ 'ਚ ਤਕਰੀਬਨ 150 ਰੁਪਏ ਸਾਡਾ ਕਾਸਟ ਕਰਦੀ ਹੈ ਇਸ ਵਿੱਚ 32 ਫੋਟੋਨ ਡੇਲਕਸ ਕਿਸਮ ਦੀਆਂ ਔਰ ਅਸੀਂ ਇਸ ਦੇ 142 ਐਡੀਸ਼ਨ ਇਸ ਹਾਲ ਵਿੱਚ ਛਾਪ ਕੇ ਬਿਲਕੁਲ ਤਿਆਰ ਕਰਕੇ ਵੰਡ ਰਹੇ ਹਾਂ ਇਕੱਠੇ ਵੰਡ ਰਹੇ ਹਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਇਹ ਕਿਤਾਬ ਹੈ ਅਸੀਂ 100 ਕਿਸਮ ਦੀਆਂ ਕਿਤਾਬਾਂ ਲਿਖੀਆਂ ਸਾਰੀਆਂ ਹੀ ਵਰਲਡ ਕਲਾਸ ਪ੍ਰਿੰਟਿੰਗ ਵਰਡ ਕਲਾਸ ਜਿਸ ਦੇ ਸਾਡੀ ਕਿਤਾਬ ਅਮਰੀਕਾ ਤੁਹਾਨੂੰ ਪਤਾ ਹੀ ਅਮਰੀਕਾ ਦੀ ਯੂਨੀਵਰਸਿਟੀ ਜੀ ਜਾਂ ਲਾਇਬ੍ਰੇਰੀ ਜੀ ਕੋਈ ਕਿਤਾਬ ਜਦ ਤੱਕ ਕੋ 5 ਸਟਾਰ ਦੀ ਕਿਤਾਬ ਨਾ ਹੋਵੇ ਉਹ ਲਾਇਬ੍ਰੇਰੀ ਦੇ ਅੰਦਰ ਨਹੀਂ ਹੋ ਸਕਦੀ ਔਰ ਸਾਡੀ ਕਿਤਾਬਾਂ ਨੂੰ ਉਹਨਾਂ ਨੇ 7 ਸਟਾਰ ਦਾ ਲੇਬਲ ਦਿੱਤਾ ਹੈ ਮੈਂ ਸਮਝਦਾ ਵੀ ਸਾਡੇ ਵਾਸਤੇ ਇੱਕ ਬੜੇ ਵੱਡੇ ਮਾਣ ਦੀ ਗੱਲ ਹੈ ਕਿ ਜਿਹੜੀਆਂ ਫ੍ਰੀ ਕਿਤਾਬਾਂ ਉਹਨਾਂ ਨੂੰ 7 ਸਟਾਰ ਦਾ ਲੇਬਲ ਅਮਰੀਕਨ ਸਟੇਟਸਿੰਗ ਦਿੱਤਾ ਹੈ ਗੁਰੂ ਦੀ ਸੇਵਾ ਸਾਡੇ ਵਾਸਤੇ ਪ੍ਰਮੁੱਖ ਹੈ ਔਰ ਸਾਨੂੰ ਬਹੁਤ ਖੁਸ਼ੀ ਹੈ ਔਰ ਬੜਾ ਆਨੰਦ ਹੈ ਤਾਂ ਹੀ ਅਸੀਂ ਇਸ ਕਿਤਾਬ ਦੇ ਜਦ ਤੱਕ ਦੱਸਿਆ ਪਿਆ ਸੀ 31 ਦਸੰਬਰ ਤੱਕ ਅਸੀਂ ਅਰਦਾਸ ਕੀਤੀ ਹੈ ਕਿ ਅਕਾਲ ਤਖਤ ਇਹਦੇ ਪੰਜਾਬੀ ਦੇ 151 ਐਡੀਸ਼ਨ ਔਰ ਇੰਗਲਿਸ਼ ਦੇ 41 ਐਡੀਸ਼ਨ ਅਸੀਂ ਛਾਪ ਕੇ ਅਸੀਂ ਉੱਥੇ ਇਕੱਠੇ ਰਿਲੀਜ਼ ਕਰਾਣੇ ਇੱਕ ਵਰਲਡ ਇਤਿਹਾਸ ਹੋਏਗਾ ਕਿੰਨਾ ਐਡੀਸ਼ਨਾਂ ਚ ਕੀ ਫਰਕ ਹੈ ਐਡੀਸ਼ਨਾਂ ਚ ਫਰਕ ਹੈ ਹਰ ਮੰਦਰ ਦਰਸ਼ਨ ਇਹ ਫਰਕ ਗੱਲ ਔਰ ਹਾਂਜੀ ਇਹਦਾ ਸਾਰਾ ਖਰਚਾ ਤੁਸੀਂ ਕਰਦਾ ਤੇ ਇਹ ਅਸੀਂ ਇੱਕ ਐਡੀਸ਼ਨ ਤੁਹਾਡੇ ਨਾਂ ਥਲੇ ਛਾਪਦੇ ਹੈ ਬੀ ਸੰਗਤ ਕਾਮ ਤੇ ਹੈ ਨਾ ਬੀ ਸੰਗਤ ਜੋ ਜੋ ਸਪਾਂਸਰ ਕਰ ਰਹੀ ਹੈ ਅਗਲਾ ਕਿਸੇ ਹੋਰ ਨੇ ਕੀਤਾ ਤਾਂ ਅਸੀਂ ਉਹਦੇ ਨਾਂ ਤੇ ਛਾਪਦੇ ਹੈ ਪਰ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਹਰ ਐਡੀਸ਼ਨ ਵਿੱਚ ਦੂਜੇ ਨਾਲੋਂ ਕੁਝ ਦੇ ਕੁਝ ਫਰਕ ਹੋਏਗਾ ਕਿਉਂਕਿ ਹਰਬੰਦਰ ਸਾਹਿਬ 'ਚ ਕੋਈ ਨਾ ਕੋਈ ਗੱਲ ਰੋਜ਼ ਵਾਪਰਦੀ ਹੈ ਚੰਗੀ ਤੋਂ ਚੰਗੀ ਵਾਪਰਦੀ ਹੈ ਔਰ ਇਸ ਨੂੰ ਲੋਕੀ ਕਹਿੰਦੇ ਪਏ ਇਹ ਤਾਂ ਹਰਬੰਦਰ ਸਾਹਿਬ ਦੀ ਦਾਸ ਹੀ ਹੈ ਇਹ ਤਾਂ ਹਰਬੰਦਰ ਸਾਹਿਬ ਦੀ ਡਾਇਰੀ ਹੈ ਜੋ ਕਿ ਹਰਬੰਦਰ ਸਾਹਿਬ 'ਚ ਹਰ ਰੋਜ਼ ਹੁੰਦਾ ਉਸ ਦਾ ਸ਼ੀਸ਼ਾ ਉਹ ਤੁਸੀਂ ਪੜ ਸਕਦੇ ਹੋ ਦੇਖ ਸਕਦੇ ਹੋ ਮੈਂ ਕਹਾਂ ਇੱਕ ਇੱਕ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਨਮੋਨਾ ਦਿਖਾ ਰਿਹਾ ਵੀ ਕਿ ਹਰਮੰਦਰ ਦਰਸ਼ਨ ਕਿਤਾਬ ਹੈ ਜਿਦੇ ਐਨੇ ਟਾਈਟਲ ਛਪ ਚੁੱਕੇ ਐ ਨੇ ਐਡੀਸ਼ਨ ਹੋ ਚੁੱਕੇ ਐ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਆ ਚੁੱਕੀਆਂ ਹੈ ਇਹ ਅੰਗਰੇਜ਼ੀ ਚ ਵੀ ਆ ਪੰਜਾਬੀ ਚ ਵੀ ਆ ਹਿੰਦੀ ਚ ਵੀ ਆ ਗੁਜਰਾਤੀ ਚ ਵੀ ਅਸੀਂ ਕਰ ਰਹੇ ਆਂ ਔਰ ਇਹਦੇ ਕੁਛ ਇਸਾ ਇਟਾਲੀਅਨ ਵੀ ਹੋ ਰਿਹਾ ਵਾਹ ਜੀ ਵਾਹ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੇਨ ਟਾਈਟਲ ਆ ਜਿਹੜੇ ਆ ਚੁੱਕੇ ਐ ਤੇ ਸੰਗਤ ਵਿੱਚ ਮਕਬੂਲ ਹੋਏ ਨੇ ਸੰਗਤ ਨੇ ਬਹੁਤ ਪਸੰਦ ਦੇਖੋ ਵੈਨਰਸ ਗੁਰਪਾਲ ਖੁਸ਼ੀ ਹੈ ਵੀ ਮਕਬੂਲੀਅਤ ਦੀ ਗੱਲ ਹੈ ਮੈਂ ਸੰਗਤ ਆਵਾਰੀ ਅੰਤਨਵਾਦੀ ਆਂ ਕਿ ਉਹਨਾਂ ਨੇ ਸਾਡੀ ਹਰ ਗਿਤਾਬ ਨੂੰ ਇਤਨਾ ਸਲਾਇਆ ਇਤਨਾ ਪਸੰਦ ਕੀਤਾ ਉਹਦੇ ਕਾਰਨ ਹੈ ਕਿ ਉਹ ਕਿਤਾਬਾਂ ਸੱਚ ਤੇ ਆਧਾਰਿਤ ਸਰਬੱਤ ਦੇ ਭਲੇ ਤੇ ਆਧਾਰਿਤ ਉਹਦੇ ਵਿੱਚ ਕੋਈ ਨਫ਼ਰਤ ਦੀ ਗੱਲ ਅਸੀਂ ਨਹੀਂ ਕਦੇ ਕੀਤੀ ਉਸ ਵਿੱਚ ਅਸੀਂ ਜਰਨਿਕਾ ਲਾ ਤੇ ਗੱਲ ਕੀਤੀ ਉਸ ਚ ਸਰਲਤਾ ਦੀ ਗੱਲ ਕੀਤੀ ਉਹਦੀ ਭਾਸ਼ਾ ਬੜੀ ਸਲੀਕੇ ਦੀ ਰੱਖੀ ਹੈ ਮਿਠਾਸ ਵਾਲੀ ਰੱਖੀ ਹੈ ਕਿਤਾਬਾਂ ਦਾ ਇੱਕ ਵਾਰ ਫਿਰ ਬਾਚਵਾਵਾਂਗੇ ਤੁਸੀਂ ਹੁਣੇ ਪਰਿਵਾਰ ਦੀ ਗੱਲ ਕਰ ਰਹੇ ਸੀ ਗੁਰਬਾਣੀ ਚ ਆਂਦਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰਮੰਤਰ ਦੜਾਇਆ ਤੇ ਐਵਰੀ ਸਕਸੈਸਫੁਲ ਮੈਨ ਹੈਜ਼ ਅ ਊਮਨ ਬਿਹਾਈਂਡ ਹਿਮ ਪਿਛਲੇ 20 25 ਸਾਲ 50 ਦਫਾ ਸਾਰੀ ਦੁਨੀਆ ਦੀ ਗਿਆਂਗਾ ਪਰ ਉਹ ਮੇਰੇ ਨਾਲ ਹੀ ਗਈ ਹੈ ਹਰ ਵਾਰੀ ਨਾਲ ਗਈ ਹੈ ਤੁਸੀਂ ਵੀ ਦੇਖਿਆ ਉੱਥੇ ਅਮਰੀਕਾ ਵਿੱਚ ਨਾਲ ਹੀ ਸੀ ਉਹ ਮੇਰੇ ਬਾਹਰ ਜੀ ਜਿੰਨੇ ਸੁੱਖ ਸਾਧਨ ਮੈਨੂੰ ਦੇ ਸਕਦੀ ਹੈ ਜਦੋਂ ਥੰਮ ਨਾਲ ਹੋਵੇ ਇੱਕ ਦੂਜੇ ਦਾ ਤੇ ਬੰਦਾ ਉਨਾ ਹੀ ਚਾ ਨਾਲ ਉਨਾ ਹੀ ਹੋਰ ਜੋਰਾ ਚੋਰਾ ਨਾਲ ਸੇਵਾ ਕਰਦਾ ਮੈਂ ਜਿੱਥੇ ਮਰਜੀ ਹਾਂ ਮੈਂ ਇਹ ਮਹਿਸੂਸ ਕਰਦਾ ਕਿ ਮੈਂ ਆਪਣੇ ਘਰ ਚਿਆਂ ਕਿਉਂਕਿ ਨਹੀਂ ਤੇ ਅੱਜ ਕੱਲ ਅੱਜ ਕੱਲ ਕੀ ਵਿਚਾਰ ਆਉਂਦੇ ਵੀ ਤੁਸੀਂ ਕਿੱਥੇ ਕੰਮ ਲੱਗੇ ਹੋ ਬੱਚਿਆਂ ਨੂੰ ਕਿੱਥੇ ਲਾਤਾ ਕਿਹੜੇ ਕੰਮ ਤੇ ਲਾਤਾ ਹੈ ਕਮਾਈਆਂ ਕਰਕੇ ਲੈ ਕੇ ਆਣ ਹੁਣ ਤੱਕ ਕੋਠੀਆਂ ਪਾ ਲੈਣੀਆਂ ਸੀ ਦੋ ਗੱਡੀਆਂ ਹੋਰ ਲੈ ਲੈਣੀਆਂ ਸੀ ਬੱਚਿਆਂ ਲਈ ਕੁਝ ਬੈਂਕ ਡਿਪੋਜ਼ਿਟ ਹੋ ਜਾਣਾ ਸੀ ਇਹ ਗੱਲ ਠੀਕ ਹੈ ਤੁਹਾਡੀ ਦੁਨੀਆ ਤਾਂ ਇਹੀ ਹੈ ਕਿਉਂਕਿ ਹਰ ਰੋਜ਼ ਦਾ ਮਟੀਰੀਅਲਿਸਟਿਕ ਸੋਚ ਵਿੱਚ ਹੈ ਔਰ ਲੁਧਿਆਣਾ ਤੇ ਫਲੋਟਿੰਗ ਔਨ ਮਨੀ ਕੋਈ ਜਣੇ ਵੀ ਤੇ ਸਭ ਤੋਂ ਵੱਧ ਹੈ ਲੇਕਿਨ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਿ ਸਤਗੁਰੂ ਤੇ ਪਤਾ ਨਹੀਂ ਇਹਨਾਂ ਦੇ ਮਨ 'ਚ ਕਿੰਨੀ ਸ਼ਾਂਤੀ ਆ ਕੇ ਇਹਨਾਂ ਨੂੰ ਇਸ ਸੰਸਾਰ 'ਚ ਭੇਜਿਆ ਕਿ ਨਾ ਇਹ ਤਾਂ ਨਾ ਇਹਨਾਂ ਦੀ ਤਰਨਪਤਰੀ ਨੇ ਤਾਂ ਨਾ ਇਹ ਗੁਣਾਂ ਦੇ ਬੱਚੇ ਉਹਨਾਂ ਨੂੰ ਕੋਈ ਦੁਨਿਆਵੀ ਚੀਜ਼ਾਂ ਨਾਲ ਕੋਈ ਇੰਟਰਸਟ ਨਹੀਂ ਸਾਰੇ ਨੇ ਪਾਠ ਕਰਨਾ ਹੈ ਵੈਗੁਰ ਦਾ ਨਾਂ ਲੈਣਾ ਕਿਸੇ ਯਾਤਰਾ ਤੇ ਜਾਣਾ ਤੇ ਸਾਨੂੰ ਗੋਲਡਨ ਟੈਂਪਲ ਲੈ ਚਲੋ ਸਾਨੂੰ ਫਲਾਡੀ ਫਾਂਦ ਲੈ ਚਲੋ ਸਾਨੂੰ ਗੁਰਦੁਆਰੇ ਤੇ ਬਿਜ਼ਨਸ ਤੌਰ ਤੇ ਸੁਖਿੰਦਰ ਪਾਲ ਸਿੰਘ ਜੀ ਡਾਕਟਰ ਰਮਿੰਦਰਜੀਤ ਸਿੰਘ ਜੀ ਕੀ ਚਲਾ ਰਹੇ ਹੋ ਨਾਲ ਸਾਡਾ ਜੀ ਸਾਈਕਲ ਦਾ ਸੈਟਲਸ ਦਾ ਬਿਜ਼ਨਸ ਹੈ ਸਾਈਕਲ ਦੀ ਸੀਟ ਬਣਦੀ ਹੈ ਸਾਡੀ ਜੀ ਤੇ ਅਸੀਂ ਸਾਰੀ ਪਾਸੇ ਉਹਦੀ ਸਪਲਾਈ ਕਰਦੇ ਆਂ ਜੀ ਬਾਕੀ ਐਕਸਪੋਰਟ ਵੀ ਹੁੰਦੀ ਹੈ ਜੀ ਠੀਕ ਹੈ ਤੇ ਤੁਹਾਡੇ ਦੋਨਾਂ ਦਾ ਸੇਮ ਬਿਜ਼ਨਸ ਹੈ ਕਿ ਅਲੱਗ ਜੀ ਜੀ ਲਿਟਰੇਚਰ 파ਰਟ ਤੇ ਤੁਹਾਡੀ ਸੇਵਾ ਦੇ 파ਰਟ ਤੇ ਆਵਾਂਗੇ ਜਿਵੇਂ ਹਰਮੰਦਰ ਦਰਸ਼ਨ ਕਿਤਾਬ ਹੈ ਜੀ ਜੀ ਐਵੇਂ ਹੀ ਐਕਸੀਲੈਂਸ ਇਨ ਸਿੱਖੀਜ਼ਮ ਬੜੇ ਵੱਡੇ ਦੇ ਨਾਲ ਤੁਹਾਡੇ ਕਾਗੇ ਬੜੀ ਅੱਛੀ ਤੋਂ ਅਸੀਂ ਕਿਤਾਬ ਲਿਖੀ ਜਿਹੜਾ ਜਸ ਸਾਰੇ ਦੁਨੀਆ ਦੇ ਜਨੇ ਅੱਛੇ ਅੱਛੇ ਸਕਾਲਰ ਹੋਏ ਨੇ ਜਾਂ ਅੱਛੇ ਅੱਛੇ ਪੋਸਟਾਂ ਦੇ ਬੰਦੇ ਰਹੇ ਨੇ ਉਹਨਾਂ ਦੇ ਸਿੱਖੀਜ਼ਮ ਬਾਰੇ ਵਿਚਾਰ ਜਿਹੜੇ ਤੁਸੀਂ ਲਿਖੇ ਨੇ ਬਹੁਤ ਇਹੋ ਜੀ ਕਿਤਾਬ ਹੈ ਇਹੋ ਜੀ ਕਿਤਾਬ ਹੈ ਕਿ ਮੈਨੂੰ ਇੱਕ ਵਾਰੀ ਆਫਰ ਕੀਤੀ ਗਈ ਕਿ ਤੂੰ ਇਹ ਕਿਤਾਬ ਜੇ ਲਿਖੀਏ ਗੈਰ ਸਿੱਖਨ ਦੇ ਨਾਮ ਸਿੱਖੀ ਮਹਾਨ ਇਹ ਲੰਡਨ ਦੀ ਗੱਲ ਹੈ ਅਗਰ ਤੂੰ ਇਹ ਕਿਤਾਬ ਲਿਖ ਦੇ ਕਿ ਗੈਰ ਮੁਸਲਮ ਕੇ ਹਨਮਾਨ ਇਸਲਾਮ ਮਹਾਨ ਤਾਂ ਅਸੀਂ ਤੇਰੇ ਵਜ਼ਨ ਦਾ ਸੋਨਾ ਚਾਹ ਇੰਗਲੈਂਡ ਰਖਾ ਲੈ ਸਕਾਟਲੈਂਡ ਰਖਾ ਲੈ ਸਿੰਗਾਪੁਰ ਰਖਾ ਲੈ ਜਾਂ ਇੰਡੀਆ ਰਖਾ ਰਖਵਾ ਲੈ ਅਸੀਂ ਇਤਨਾ ਸੋਨਾ ਤੇਨੂੰ ਅੱਜ ਦੇਣ ਨੂੰ ਤਿਆਰ ਹਾਂ ਕਿਤਾਬ ਸਾਨੂੰ 5 ਸਾਲ ਬਾਅਦ ਲਿਖ ਕੇ ਦੇ ਦੇਈ ਮੈਂ ਕਿਹਾ ਐਡੀ ਤੈਨੂੰ ਕੀ ਉਸ ਚ ਚੰਗੀ ਲੱਗੀ ਕਨੇ ਕਿਤਾਬ ਹਿਊਮਨਲੀ ਪੋਸੀਬਲ ਨਹੀਂ ਉਸ ਦੀ ਕਿਸੇ ਬੰਦੇ ਦੀ ਲਿਖਣੀ ਉਹ ਇਹਦੇ ਤੇ ਯੂਨੀਵਰਸਿਟੀਆਂ ਦੇ ਧਾਕੇ ਲੱਗ ਸਕਦੇ ਤੇ ਤੂੰ ਕੱਲੇ ਬੰਦੇ ਨੇ ਲਿਖਦੀ ਹੈ ਮੈਂ ਕਿਹਾ ਵੀ ਮੈਂ ਹੁਣ ਇਸ ਤਰ੍ਹਾਂ ਜਦੋਂ ਇਹ ਲਿਖਦੀ ਕਿ ਸਿੱਖੀ ਮਹਾਨ ਤੇ ਹੁਣ ਮੈਂ ਆਪਣੇ ਇਸੇ ਹੱਥ ਨਾਲ ਲਿਖਾਂਗੇ ਇਸਲਾਮ ਮਹਾਨ ਤੇ ਇਹ ਤਾਂ ਵਪਾਰ ਹੋ ਗਿਆ ਫਿਰ ਤੇ ਮੈਂ ਸਰੂਪ ਸਿੰਘ ਬੇਈਮਾਨ ਹੋ ਗਿਆ ਮੈਂ ਆਪਣੇ ਗੁਰੂ ਅੱਗੇ ਕਮਿਟਿਡ ਆ ਮੈਂ ਤੁਹਾਡੀ ਕਿਤਾਬ ਨਹੀਂ ਲਿਖ ਸਕਦਾ ਹਾਂ ਅਗਲਾ ਜਨਮ ਜੇਕਰ ਮੇਰਾ ਕਿਸੇ ਹੋਰ ਪਾਸੇ ਹੋ ਗਿਆ ਤੁਹਾਡੇ ਵੱਲ ਹੋ ਗਿਆ ਲਿਖਦੇ ਮੈਂ ਕਿ ਤੁਸੀਂ ਮੈਨੂੰ ਕਿਉਂ ਚੁੰੜੇ ਹੋ ਇਸ ਕਲ ਵਿੱਚ ਕਿਸੇ ਮੁਸਲਮਾਨ ਸਕਾਲਰ ਨੂੰ ਕਹੋ ਕਹਿੰਦਾ ਸੀ ਬਹੁਤ ਵੱਡੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਇੱਕ 100 ਸਕਾਲਰ ਨੂੰ ਲਾ ਦੀਏ ਤੇ ਸ਼ਾਇਦ 50 ਸਾਲ ਦੀ ਕਿਤਾਬ ਨਾ ਤਿਆਰ ਹੋ ਸਕੇ ਪਰ ਉਸ ਬੰਦੇ ਨੇ ਜੇ ਇਤਨੀ ਮਿਹਨਤ ਕੀਤੀ ਹੈ ਇਤਨੀ ਮਿਹਨਤ ਕੀਤੀ ਆਪਣੇ ਧਰਮ ਦੀ ਗੱਲਾਂ ਘਟੋਣਾ ਸੇ ਤਾਂ ਉਸ ਦੇ ਸਾਹਮਣੇ ਇਸਲਾਮ ਦੇ ਨੁਕਤੇ ਆਏ ਹੋਣਗੇ ਜਿਹੜੇ ਉਸ ਨੇ ਛੱਡਦੇ ਪਰ ਜੇ ਅਸੀਂ ਉਸਰੇ ਚ ਬੇਨਤੀ ਕਰੀਏ ਵੀ ਹੁਣ ਤੋਂ ਉਹਨਾਂ ਹਵਾਲਿਆਂ ਵਿੱਚ ਇਸਲਾਮ ਦੇ ਚੰਗੇ ਹਵਾਲੇ ਲੱਭਦੇ ਤਾਂ ਉਹ ਸਾਨੂੰ ਜਲਦੀ ਲੱਭ ਕੇ ਦੇ ਦੇਗੇ ਇਸ ਵਾਸਤੇ ਅਸੀਂ ਤੁਹਾਨੂੰ ਕੰਟੈਕਟ ਕਰ ਰਹੇ ਹਾਂ ਮੈਂ ਕਿ ਤੁਹਾਡੀ ਗੱਲ ਠੀਕ ਹੈ ਮੇਰੇ ਕੋਲ ਇਸਲਾਮ ਦੇ ਵੀ ਬਹੁਤ ਪੁਆਇੰਟਸ ਹੈਗੇ ਲੇਕਿਨ ਮੈਂ ਕੰਪੈਰੀਟਿਵ ਸਟੱਡੀ ਜ ਨਹੀਂ ਪੜਨਾ ਚਾਹੁੰਦਾ ਬਹੁਤ ਅੱਛਾ ਜੀ ਕੇਸ ਪ੍ਰਸੰਗਿਕ ਬੜੀ ਅੱਛੀ ਕਿਤਾਬ ਆਈ ਹੈ ਹੈਅਰ ਪਾਵਰ ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਰੱਖਿਆ ਹੈ ਹੈਅਰ ਪਾਵਰ ਤੁਸੀਂ ਇਹ ਚੀਜ਼ਾਂ ਸਾਰੀਆਂ ਪੜੀ ਗਿਆ ਮੈਨੂੰ ਲੱਗਦਾ ਹੈ ਦਸੋ ਜੀ ਇਸ ਦਾ ਜੋ ਹੋਣੇ ਜ਼ਿਕਰ ਹੋ ਰਿਹਾ ਸੀ ਜੀ ਵੀ ਬੜੀ ਮਿਹਨਤ ਨਾਲ ਇਹ ਕਿਤਾਬ ਲਿਖੀ ਹੈ ਔਰ ਐਕਸੀਲੈਂਸ ਮੇਰਦ ਦਾ ਇਹ ਹਾਲ ਹੈ ਵੀ ਇਹ ਰਾਤੀ 10 ਵਜੇ ਬੈਠਦੇ ਨੇ ਕੰਮ ਕਰਨ ਜੀ ਤੇ ਜਿੰਨੀ ਦੇਰ ਸਵੇਰੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਸ਼ੁਰੂ ਨਹੀਂ ਹੁੰਦਾ ਤਦ ਤੱਕ ਇਹਨਾਂ ਦਾ ਪੈਨ ਚੱਲਦਾ ਰਹਿੰਦਾ ਹੈ ਔਰ ਜਦੋਂ ਅਸੀਂ ਸਵੇਰੇ ਆ ਕੇ ਕਈ ਵਾਰੀ ਦੇਖਦੇ ਆਂ ਵੀ ਜੋ ਇਹਨਾਂ ਨੇ ਰਾਤ ਨੂੰ ਕੀਤਾ ਤਾਂ ਸਿਰ ਝੁਕ ਜਾਂਦਾ ਇਹਨਾਂ ਦੇ ਅੱਗੇ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਔਰ ਇਹਨਾਂ ਨੇ ਆਪਣੀ ਸਾਰੀ ਲਾਈਫ ਡੈਡੀਕੇਟ ਕਰਤੀ ਹੈ ਹਿਮੈਨਿਟੀ ਵਾਸਤੇ ਔਰ ਮਨੁੱਖਤਾ ਨੂੰ ਪਿਆਰ ਕਰਦੇ ਗੁਰਬਾਣੀ ਨਾਲ ਪਿਆਰ ਕਰਦੇ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਬਾਰੇ ਸੋਚਣਾ ਬੋਲਣਾ ਲਿਖਣਾ ਔਰ ਸਾਨੂੰ ਵੀ ਬੜਾ ਕੋਈ ਨਵਾਂ ਸਿੱਖਣ ਨੂੰ ਮਿਲਦਾ ਔਰ ਬੜੀ ਖੁਸ਼ਕਿਸਮਤੀ ਹੈ ਵੀ ਅਸੀਂ ਇਹ ਨਾਲ ਰਿਲੇਟਡ ਆ ਜਿਹੜੇ ਅੱਛੇ ਅੱਛੇ ਟਾਈਟਲਸ ਜੋ ਮੇਰੇ ਚੇਤੇ ਹੈਗੇ ਜਿਵੇਂ ਪ੍ਰੀਚਾ ਪ੍ਰੀਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇੰਨੀ ਡਿਟੇਲਡ ਦੇ ਵਿੱਚ ਸਟਡੀ ਵੀ ਜਿਹੜਾ ਬੰਦੇ ਨੇ ਕੋਈ ਕਿਤਾਬ ਜਾਂ ਕੋਈ ਸਨੋਪਸਿਸ ਲੈਣਾ ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਕਿਤਾਬ ਪੜ੍ਹ ਲੇ ਤੇ ਉਸ ਦਿਨ ਦਰਦੀਪ ਸਿੰਘ ਇਹਦੇ ਬਾਰੇ ਗੱਲ ਇਹਵੇਂ ਚੱਲੀ ਕਿ ਮੈਂ ਇੱਕ ਵਾਰੀ ਮਦਰਾਸ ਆਪਣੇ ਭਤੀਜੇ ਜੋ ਆਪਰੇਸ਼ਨ ਕਰਾਉਣ ਉਸੇ ਗਿਆ ਤਾਂ ਉੱਥੇ ਮੈਂ ਹਸਪਤਾਲ ਚ ਆ ਰਿਹਾ ਸਮ ਗੁਰਦੁਆਰਾ ਸਾਹਿਬ ਵੱਲ ਤੇ ਮੈਨੂੰ ਪੱਥਰ ਮਾਰਨੇ ਸ਼ੁਰੂ ਕਰਦੇ ਸੜਕ ਤੇ ਮੈਂ ਦੌੜ ਕੇ ਅੰਦਰ ਵੜ ਗਿਆ ਇੱਕ ਦੁਕਾਨ ਤੇ ਮੇਰੇ ਪਿੱਛੇ ਆ ਗਏ ਮੈਂ ਕਿਹ ਬਿਲਕੁਲ ਕੀ ਹੋ ਗਿਆ ਕਿ ਤੁਸੀਂ ਮੈਨੂੰ ਮਾਰ ਰਹੇ ਹੋ ਕਹਿੰਦਾ ਪੰਜਾਬ ਜ ਤੁਸੀਂ ਸਾਡਾ ਬੰਦਾ ਮਾਰਤਾ ਹੈ ਉਹਦੇ ਬਦਲ ਤੈਨੂੰ ਮਾਰਨਾ ਗੱਲਬਾਤ ਚੱਲੀ ਸਾਰੀ ਮੈਂ ਕਿ ਹੁਣ ਤੁਸੀਂ ਜਾ ਕਿੱਥੇ ਰਹੇ ਸੀ ਮੈਂ ਤਾਂ ਇਸ ਵੈਸੇ ਮਿਲ ਗਿਆ ਤੁਸੀਂ ਕਿੱਥੇ ਜਾ ਰਹੇ ਸੀ ਕਹਿੰਦੇ ਸੀ ਤੁਹਾਡੇ ਗੁਰਦੁਆਰੇ ਜਾ ਰਹੇ ਸੀ ਗੁਰਦੁਆਰੇ ਨੂੰ ਅੱਗ ਲਾਣੀ ਹੈ ਮੈਂ ਕਿ ਹਾਂ ਤੁਸੀਂ ਚਲੋ ਮੈਂ ਤੁਹਾਡੇ ਨਾਲ ਜਾਂਦਾ ਸਭ ਤੋਂ ਪਹਿਲੇ ਅੱਗ ਮੈਂ ਲਾਵਾਂਗਾ ਕਹਿੰਦਾ ਤੈਨੂੰ ਕੀ ਉਹਦੇ ਮੈਂ ਕਹ ਅੱਜ ਮੇਰੇ ਅੰਦਰ ਬੜੀ ਬਦਲੇ ਦੀ ਭਾਵਨਾ ਜਾਗ ਪਈ ਹੈ ਜਿਸ ਗੁਰੂ ਦੀ ਗ੍ਰੰਥ ਸਾਹਿਬ ਨੂੰ ਤੁਸੀਂ ਇਹ ਵਿਦਵੀ ਕਰਨਾ ਚਾਹੁੰਦੇ ਹੋ ਉਸ ਵਿੱਚ 6 ਸੇ ਗੁਰੂ ਸਾਹਿਬਾਨ ਦੀ ਬਾਣੀ ਹੈ ਬਾਕੀ 30 ਤੁਹਾਡੇ ਬੰਦੇ ਤੁਹਾਨੂੰ ਇਸ ਕਦਰ ਸ਼ਾਇਦ ਅਹਿਸਾਸ ਨਹੀਂ ਹੋ ਗਏ ਨਾ ਸਾਡੇ ਉੱਥੇ ਕਿੱਥੇ ਆ ਗਏ ਜਦ ਮੈਂ ਉਹਨੂੰ ਕੁਝ ਦੱਸਿਆ ਮੈਂ ਕਿ ਚਲੋ ਤੁਸੀਂ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਪ੍ਰਤੱਖ ਦਿਖਾਵਾਂਗਾ ਬਈ ਉਸ ਵਿੱਚ ਕੀ ਤੁਹਾਡੀ ਕੀ ਕੰਟਰੀਬਿਊਸ਼ਨ ਹੈ ਸਾਡੀ ਕੀ ਕੰਟਰੀਬਿਊਸ਼ਨ ਹੈ ਇੱਕ ਯੂਨੀਵਰਸਲ ਗੁਰੂ ਗੁਰੂ ਹਰਿਮੁਲ ਰੇਸ ਨੂੰ ਤੁਸੀਂ ਸਿਰਫ ਸਾਡਾ ਸਮਝ ਕੇ ਆਪ ਪਰੇ ਹੋ ਰਹੇ ਹੋ ਇਸ ਠੀਕ ਹੈ ਸਾਡਾ ਵੀ ਕਸੂਰ ਹੈ ਮੈਂ ਅਸੀਂ ਦੱਸ ਨਹੀਂ ਸਕੇ ਪਰ ਤੁਹਾਡਾ ਵੀ ਕਸੂਰ ਹੋਏਗਾ ਜੇ ਤੁਸੀਂ ਉਹ ਜਿਹੀ ਕੋਈ ਜ਼ਿਆਦਤੀ ਕੀਤੀ ਮੇਰੇ ਨਾਲ ਆਏ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਤੈਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਪੰਜਾਬੀ ਵਿੱਚ ਬਹੁਤ ਸਮੱਸਿਆ ਹੈ ਇਹ ਬਹੁਤ ਦੁਖੀਨ ਤੇ ਤੂੰ ਹੁਕਮਨਾਮਾ ਲੈ ਹੁਕਮਨਾਮਾ ਲੈ ਬਾਈ ਚਾਂਸ ਕਬੀਰ ਸਾਹਿਬ ਦਾ ਹੁਕਮਨਾਮਾ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਹਿੰਦੀ ਤੁਸੀਂ ਸਿੱਖੀ ਨਹੀਂ ਤਮਿਲ ਸਾਨੂੰ ਨਹੀਂ ਆਉਂਦੀ ਪਰ ਇੰਗਲਿਸ਼ ਚ ਮੈਂ ਤੁਹਾਨੂੰ ਦੱਸਦਾ ਇੱਕ ਕਬੀਰ ਲਫਜ਼ ਤਾਂ ਸੁਣ ਸਕਦੇ ਹੋ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਤੁਸੀਂ ਦੋ ਤਿੰਨ ਵਾਰੀ ਪੰਤੀ ਪੜੋ ਜਿੱਥੇ ਕਬੀਰ ਸਾਹਿਬ ਦਾ ਜ਼ਿਕਰ ਹੈ ਮੈਂ ਕਿਹਾ ਕਬੀਰ ਦਾ ਸੋ ਕਾਉਂਟ ਜਦੋਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਕਬੀਰ ਸਾਹਿਬ ਭਗਤ ਰਵਿਦਾਸ ਨਾਮਦੇਵ ਇਸ 15 ਭਗਤ ਜਿਹੜੇ ਸਾਰੇ ਇੰਡੀਆ ਦੇ ਫੈਲੇ ਹੋਏ 12ਵੀਂ 13ਵੀਂ 15ਵੀਂ 17ਵੀਂ ਸਦੀ ਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਤੁਸੀਂ ਗੁਰਗ੍ਰੰਥ ਸਾਹਿਬ ਨੇ ਕਿਵੇਂ ਕਰ ਸਕਦੇ ਹੋ ਕਿ ਇਸ ਸਿਖਾ ਨੂੰ ਤਾਂ ਅਸੀਂ ਜੋਚਾ ਵੀ ਕਰ ਲਈਏ ਕਰੋ ਅਗਰ ਆਪਣੇ ਪਿਆਰ ਦੂਸਰੇ ਆਪ ਨੁਕਸਾਨ ਬਚਾਣਾ ਚਾਹੁੰਦੇ ਹੋ ਤੇ ਇਸ ਤੋਂ ਵੱਡੀ ਤਾਂ ਹੋਰ ਕਤਲ ਨਹੀਂ ਹੋਈ ਇਹ ਗੁਰੂ ਤਾਂ ਸਾਨੂੰ ਸਭ ਨੂੰ ਸਿਖਿਆ ਦਿੰਦਾ ਇਹ ਤਾਂ ਇੱਕ ਪਾਰਲੀਮੈਂਟ ਲੱਗੀ ਹੈ ਜਿਹੜੀ ਸਾਨੂੰ ਸੱਚ ਦਾ ਨੇਕੀ ਦਾ ਪਿਆਰ ਦਾ ਇਹੋ ਜਿਹੀ ਸ਼ਬਦ ਦਿੱਖਦੀ ਹੈ ਕਿ ਸਰਬੱਤ ਦਾ ਭਲਾ ਚਾਹੁੰਦੀ ਹੈ ਸਾਡੇ ਕੋਲ ਲੈਂਦੀ ਕੁਝ ਨਹੀਂ ਔਰ ਦੇ ਦੇ ਸਾਨੂੰ ਸਭ ਕੁਝ ਨਹੀਂ ਇਹ ਜੋ 36 ਮਹਾਂਪੁਰਸ਼ਾਂ ਦੀ ਬਾਣੀ ਗੁਰਗ੍ਰੰਥ ਸਾਹਿਬ ਜੀ ਦੇ ਦਰਜ ਹੈ ਔਰ ਜੋ ਕੁਝ ਉਹਨਾਂ ਨੇ ਸੁਣਿਆ ਉਸ ਬਾਅਦ ਅਸੀਂ ਕਹਿੰਦੇ ਲੰਗਰ ਛਕੋ ਮੈਂ ਖਿਆ ਹੁਣ ਤੁਹਾਡੇ ਵਾਸਤੇ ਸਮੱਸਿਆ ਖੜੀ ਹੋਏਗੀ ਅਸੀਂ ਤਾਂ ਬਰਾਬਰੀ ਦੇ ਅਸਾਸ ਨੂੰ ਹਰ ਇੱਕ ਨੂੰ ਲੰਗਰ ਚਕਾਉਂਦੇ ਆ ਪਰ ਹੁਣ ਤੁਸੀਂ ਕਹਿੰਦੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਉੱਚੀ ਜਾਤ ਦਾ ਕੋਈ ਛੋਟੀ ਜਾਤ ਦਾ ਅਸੀਂ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦੇ ਔਰ ਮੈਂ ਖਿਆ ਸਾਰੇ ਵਾਸਤੇ ਸਭ ਬਰਾਬਰ ਪਰ ਜੇ ਤੁਸੀਂ ਫਿਰ ਵੀ ਚਾਹੋ ਜਿਹੜਾ ਤੁਸੀਂ ਸਮਝਦੇ ਹੋ ਸਭ ਤੋਂ ਕਮਜ਼ੋਰ ਆਦਮੀ ਹੈ ਮੈਂ ਉਸ ਦੀ ਥਾਲੀ 'ਚ ਬੈਠ ਕੇ ਲੰਗਰ ਛਕਦਾ ਮੇਰੇ ਗੁਰੂ ਦਾ ਇਹ ਹੁਕਮ ਹੈ ਤੇ ਮਿਠਾ ਲੋ ਬੰਨ ਜਦੋਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਦੇਖੀਆਂ ਸਭ ਨੇ ਉੱਥੇ ਸਜਦੇ ਕੀਤੇ ਔਰ ਉਹਨਾਂ ਅਖੀਰ ਤੇ ਮੈਨੂੰ ਇੱਕ ਗੱਲ ਕਹੀ ਅੱਜ ਤੋਂ ਬਾਅਦ ਅਸੀਂ ਜਲਦੀ ਗੁਰਦੁਆਰਾ ਸਾਹਿਬ ਦੇ ਅੰਗੂ ਲੰਘਾਂਗੇ ਰੁਕ ਕੇ ਤੇ ਸਜਦਾ ਕਰਕੇ ਜਾਵਾਂਗੇ ਕਿ ਸਾਡੇ ਪਿਓ ਦਾ ਸਥਾਨ ਹੈ ਸਾਡੇ ਰੱਬ ਦਾ ਸਥਾਨ ਹੈ ਸਾਰੀ ਦੁਨੀਆਂ ਜਿਸੀ ਫ੍ਰੀ ਵੰਡੀ ਇੰਗਲਿਸ਼ ਇੰਗਲਿਸ਼ ਦੇ ਵਿੱਚ ਵੀ ਕਿਤੇ ਪਹਿਲੇ ਤਾਂ ਅਸੀਂ ਪੰਜਾਬੀ 'ਚ ਛਾਪੀ ਉਸ ਤੋਂ ਬਾਅਦ ਨਾਲ ਹੀ ਇੰਗਲਿਸ਼ ਛਾਪਦੀ ਹੋਰ ਕਿੰਨੀਆਂ ਭਾਸ਼ਾਵਾਂ 'ਚ ਇਹ ਕਿਤਾਬ ਹੈ ਇਹ ਵੀ ਤਿੰਨਾਂ ਜੇ ਇੰਗਲਿਸ਼ ਹਿੰਦੀ ਪੰਜਾਬੀ 'ਚ ਤੁਸੀਂ ਕੁਝ ਕਿਸੇ ਕਿਤਾਬਾਂ ਜਰਮਨ ਡੱਚ ਤੁਸੀਂ ਕਹ ਰਹੇ ਸੀ ਉਹਨਾਂ 'ਚ ਵੀ ਲਿਖਾਈਆਂ ਕਈ ਕਈ ਕਿਤਾਬਾਂ ਜਿਵੇਂ ਸਾਡੇ ਫ੍ਰੈਂਚ ਵਿੱਚ ਕਿਤਾਬਾਂ ਹੈਗੀਆਂ ਸਾਡੀ ਜਰਮਨ ਵਿੱਚ ਕਿਤਾਬਾਂ ਹੈਗੀਆਂ ਸਾਡੀਆਂ ਇਟਾਲੀਅਨ ਵਿੱਚ ਹੁਣ ਇਹ ਟ੍ਰਾਂਸਲੇਸ਼ਨ ਕੌਣ ਕਰ ਰਿਹਾ ਹੈ ਜਾਂ ਉਹ ਆਪ ਕਰ ਰਹੇ ਹੋ ਇਟਲੀ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ ਮੈਨੂੰ 2 ਸਾਲ ਪਹਿਲੇ ਇਟਲੀ ਚ ਮਿਲਣ ਆਏ ਇਟਲੀ ਦੇ ਸਿੰਘ ਮੈਨੂੰ ਲੰਡਨ ਚ ਮਿਲਣ ਆਏ ਕਿ ਅਸੀਂ ਬਹੁਤ ਵਿਫਤਾ ਚੋਂ ਤੁਸੀਂ ਇਸ ਕੋਈ ਕੌਮ ਦੀ ਬੜੀ ਵੱਡੀ ਨੁਮਾਇੰਗੀ ਕਰਦੇ ਹੋ ਸਾਨੂੰ ਦੱਸੋ ਸਾਡੀ ਸਮੱਸਿਆ ਦਾ ਕੋਈ ਹੱਲ ਤੁਹਾਡਾ ਕੋ ਹੈ ਵੈਸੇ ਤੁਸ ਸਮੱਸਿਆ ਦੱਸੋ ਕਿੰਦਾ ਅਸੀਂ ਜਦੋਂ ਨਗਟ ਗੀਤਨ ਕੱਢਦੇ ਆ ਜਿਹੜੇ ਬੇਸਿਕ ਇਟਾਲੀਅਨ ਲੋਕੀਂ ਉਹ ਸਾਨੂੰ ਬੜਾ ਕੂਰ ਕੇ ਦੇਖਦੇ ਨੂੰ ਮਾੜਾ ਮਹਿਸੂਸ ਕਰਦੇ ਮੈਂ ਸਾਡੇ ਦੇਸ਼ ਚਾਇਨ ਹੁਣੇ ਉਛਲੂ-ਉਛਲ ਕੇ ਖੜਕਾਂਦੇ ਫਿਰਦੇ ਨੇ ਨਾਰੇ ਲਾਉਂਦੇ ਫਿਰਦੇ ਉਹ ਇਰੀਟੇਟ ਫੀਲ ਕਰਦੇ ਤੇ ਅਸੀਂ ਚਾਹਨੇ ਬਈ ਉਹ ਸਾਡੇ ਨਾਲ ਦੋਸਤੀ ਚਾਹਣ ਮੈਂ ਕਿਹਾ ਫਿਰ ਤੁਸੀਂ ਸਗਰ ਦੋ ਕਿਤਾਬਾਂ ਲੈ ਜਾਓ ਇੱਕ ਕੇਸ ਪਰਸੰਗ ਕੇਸ ਗੁਰੂ ਦੀ ਮੋਤ ਤੇ ਦੂਸਰੀ ਸਿੱਖ ਦਾ ਸਤਕਾਰ ਦਸਤਾਰ ਇਹ ਦੋਨੋਂ ਤੁਸੀਂ ਟ੍ਰਾਂਸਲੇਟ ਕਰਾਓ ਇਟਾਲੀਅਨ ਚ ਤੇ ਮੈਨੂੰ ਦਿਖਾਓ ਤਾਂ ਕਿ ਮੈਂ ਤੁਹਾਨੂੰ ਗਾਈਡ ਕਰਦਾ ਨਾ ਤੇ ਇੱਕ ਫਿਲਮ ਬਣਾਵਾਂਗੇ ਉਹਦੇ ਜਿਵੇਂ ਉਹਨਾਂ ਗਾਈਡ ਕੀਤਾ ਵੀ ਸਿੱਖਾਂ ਨੇ ਇਟਲੀ ਔਰ ਯੂਰਪ ਵਿੱਚ ਆਪਣੀ ਕੀ ਕੰਟਰੀਬਿਊਸ਼ਨ ਕੀਤੀ ਹੈ ਜੀ ਉਹ ਚੀਜ਼ਾਂ ਤਿਆਰ ਹੋਈਆਂ ਉਹਨਾਂ ਨੇ 70 70000 ਕਾਪੀ ਇੱਕੋ ਵਾਰੀ ਛਾਪ ਕੇ ਵੰਡੀ ਔਰ ਦਰਦੀ ਸਾਹਿਬ ਕਮਾਲ ਦੀ ਗੱਲ ਹੈ ਇੱਕ ਨਗਰ ਕੀਰਤਨ ਦੀ ਵੰਡੀ ਜਦੋਂ ਅਗਲਾ ਨਗਰ ਕੀਰਤਨ ਹੋਇਆ ਤੇ ਕਈ ਇਟਾਲੀਅਨ ਫੁੱਲ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੇਜਾ ਕਰ ਰਹੇ ਸਨ ਬਟ ਤੁਹਾਨੂੰ ਸੇਵਾਦਾਰ ਇਕੌਮ ਦਾ ਅਵਾਰਡ ਉਹ ਐਸਜੀਪੀਸੀ ਨੇ ਮੈਨੂੰ ਦਿੱਤਾ ਨਾਲ 5 ਲੱਖ ਰੁਪਇਆ ਦਿੱਤਾ ਉਹ ਨਾ ਪੰਜਾਬ ਸਰਕਾਰ ਨੇ ਮੈਨੂੰ ਸ਼੍ਰੋਮਣੀ ਚੇਤਨਾ ਵਾਰਡ ਦਿੱਤਾ ਨਾਲ 2.5 ਲੱਖ ਰੁਪਇਆ ਦਿੱਤਾ ਹੋਰ ਸੋਸਾਇਟੀ ਸੋਸਾਇਟੀ ਹੁਣੇ ਨਿਊ ਯਾਰਡ 'ਚ ਮੈਨੂੰ ਦੋ ਤਿੰਨ ਸੋਸਾਇਟੀਆਂ ਨੇ ਹਾਲੇ ਇੱਕ Hindu Society Hindu Vidwanan ਦੀ ਫੰਕਸ਼ਨ ਸੀ ਉਹਨਾਂ ਨੂੰ ਪਤਾ ਲੱਗਾ ਵੀ ਸਿਕਸ ਕਾਲਰ ਆਇਆ ਇੱਥੇ ਕੋਈ ਉਹ ਮੈਨੂੰ ਮਿਲਣ ਆਏ ਰਿਕੁਐਸਟ ਕੀਤੀ ਔਰ ਉਹਨਾਂ ਨੇ ਮੇਰਾ ਸਨਮਾਨ ਕੀਤਾ ਸੰਸਕ੍ਰਿਤੀ ਦੁੱਤ ਦੇ ਨਾਲ ਨਾਲ ਸਰਵਾਂ ਲੱਖ ਰੁਪਇਆ ਮੈਨੂੰ ਅਵਾਰਡ ਦਿੱਤਾ ਹੈ ਇਸ ਵਿੱਚ ਕਈ ਸੰਸਥਾਵਾਂ ਨੇ ਮੈਨੂੰ ਇਹ ਅਵਾਰਡ ਦਿੱਤੇ ਪੰਜਾਬੀ ਯੂਨੀਵਰਸਿਟੀ ਨੇ ਮੈਨੂੰ ਸਨਮਾਨ ਦੇ ਕਿਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਬਦਨ ਸਾਹਿਬ ਦੇ ਜੇ ਮਿਲਿਆ ਤੁਹਾਨੂੰ ਤੁਸੀਂ ਅਲਗ ਸ਼ਬਦ ਯਗ ਇੰਟਰਨੈਸ਼ਨਲ ਚੈਰੀਟੇਬਲ ٹرسٹ ਚਲਾ ਰਹੇ ਹੋ ਜੀ ਜੀ ਇਸ ਜਿੰਨਾ ਸਾਰਾ ਕੰਮ ਤੇ ਚਲਾ ਸਤਗਤ ਹੈ ਜਾਂ ਸਾਡੀ ਸੰਗਤ ਚਲਾ ਰਹੀ ਹੈ ਉਸ ਤੋਂ ਨਹੀਂ ਸੰਗਤ ਕੰਮ ਤੇ ਹੈ ਨਾ ਤੇ ਮੈਂ ਦੱਸ ਦਿਆਂ ਆਪਣੇ ਦਰਸ਼ਕਾਂ ਨੂੰ ਵੀ ਇਸ ਸਕਰੀਨ ਦੇ ਥੱਲੇ ਅਲਗ ਸ਼ਬਦ ਯਗ ਦਾ ਅਕਾਊਂਟ ਨੰਬਰ ਵੀ ਐਸੇ ਡਿਸਪਲੇ ਕਰ ਰਹੇ ਹਾਂ ਤੇ ਡਾਕਟਰ ਅਲਗ ਦਾ ਵੀ ਟੈਲੀਫੋਨ ਨੰਬਰ ਤੇ ਇਹਨਾਂ ਦੇ بیٹے ਸਰਦਾਰ ਸੁਖਿੰਦਰਪਾਲ ਸਿੰਘ ਤੇ ਡਾਕਟਰ ਰਮਿੰਦਰਦੀਪ ਸਿੰਘ ਜੀ ਦਾ ਵੀ ਚੱਲ ਰਿਹਾ ਤੇ ਤੁਸੀਂ ਜੇ ਕੋਈ ਯੋਗਦਾਨ ਪਾਣਾ ਚਾਹੁੰਦੇ ਹੋ ਇਸ ਸ਼ਬਦ ਦੇ ਲੰਗਰ ਦੇ ਵਿੱਚ ਸ਼ਬਦ ਯੱਗ ਜੋ ਚਲਾ ਰਹੇ ਤੇ ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ ਤੇ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਵੇਂ ਵੀ ਕੋਈ ਤੁਸੀਂ ਜਿਸ ਢੰਗ ਨਾਲ ਵੀ ਸੇਵਾ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ ਡਾਕਟਰ ਸਾਹਿਬ ਤੁਹਾਡਾ ਫੌਰੀ ਨਾਲ ਬੜਾ ਇਸ ਤਾਲੁਕਾਤ ਰਿਹਾ ਨਵੇਂ ਤੁਸੀਂ ਟੈਕਨੋਲੋਜੀ ਨੂੰ ਵੀ ਝਾੜਦੇ ਹੋ ਕੀ ਇਹ ਸਾਰੀਆਂ ਕਿਤਾਬਾਂ ਇਹ ਸਾਰੇ ਟਾਈਟਲ ਕਿਸੇ ਵੈਬਸਾਈਟ ਦੇ ਮੌਜੂਦ ਨੇ ਜਾਂ ਕਿਸੇ ਮੋਬਾਈਲ ਦੀ ਐਪ ਦੇ ਵਿੱਚ ਜਾਂ ਆਈਫੋਨ ਦੀ ਐਂਡਰੋਇਡ ਦੀ ਵਿੰਡੋਜ਼ ਦੀ ਕਿਸੇ ਐਪ ਦੇ ਵਿੱਚ ਵੀ ਮੌਜੂਦ ਨੇ ਇਹ ਸਾਰੀਆਂ ਕਿਤਾਬਾਂ ਦੇ ਬਾਰੇ ਜਾਣਕਾਰੀ ਸਾਡੀ ਵੈਬਸਾਈਟ ਬਣੀ ਹੋਈ ਹੈ alagshabdiak.org ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਸਾਈਟ ਦਾ ਨਾਮ ਥੱਲੇ ਵੀ ਸਕਰੀਨ ਦੇ ਉੱਤੇ ਵੀ ਡਿਸਪਲੇ ਹੋ ਰਿਹਾ ਹੈ ਹਮ ਤੁਸੀਂ ਉਹਦੇ ਉੱਪਰ ਉਹ ਸਾਰੀਆਂ ਕਿਤਾਬਾਂ ਦਾ ਜ਼ਿਕਰ ਹੈ ਜੋ ਜੋ ਟਾਈਟਲ ਸਾਡੀਆਂ ਕਿਤਾਬਾਂ ਦੇ ਨੇ ਜੀ ਤੇ ਥੋੜੀ-ਬਹੁਤੀ ਉਹਦੇ ਬਾਰੇ ਜਾਣਕਾਰੀ ਵੀ ਹੈ ਵੀ ਜੇ ਹਰਮੰਦਰ ਦਰਸ਼ਨ ਦੀ ਕਿਤਾਬ ਹੈ ਇਹਦੇ ਵਿੱਚ ਕੀ ਹੈ ਨਹੀਂ ਇਹ ਡਾਊਨਲੋਡ ਵੀ ਕਰ ਸਕਦੇ ਹੋ ਸਾਰੀਆਂ ਕਿਤਾਬਾਂ ਨਹੀਂ ਡਾਊਨਲੋਡ ਦੀ ਹਲੇ ਅਸੀਂ ਨਹੀਂ ਕੀਤੀ ਕਿਉਂਕਿ ਇਹ ਹੀ ਕੰਮ ਬੜਾ ਵੱਡਾ ਹੈ ਅਸੀਂ ਛਪਵਾ ਕੇ ਇਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਬੜਾ ਔਖਾ ਕੰਮ ਹੈ ਜੀ ਤੇ ਇਹਨਾਂ ਦੇ ਕੰਮ ਲਿਖਣ ਦਾ ਡਾਕਟਰ ਸਾਹਿਬ ਦਾ ਛਪਾਉਣ ਦੀ ਕਾਰਵਾਈ ਮੇਰੀ ਮੈਂ ਇਹ ਕਹਿ ਰਿਹਾ ਨਾ ਇਹ ਸੋਖਾ ਹੋ ਜਾਂਦਾ ਬਈ ਡਿਸਟ੍ਰਿਬਿਊਸ਼ਨ ਆਜਕਲ ਇੰਟਰਨੈਟ ਦੇ ਥਰੂ ਹੋ ਗਿਆ ਕਿ ਬਸ ਸਾਡੇ ਇੱਕ ਦੋ ਬੜੇ ਹਾਲਡ ਐਕਸਪੀਰੀਐਂਸਸ ਬਾਰੇ ਸਾਡੀ ਕਿਤਾਬਾਂ ਵਿੱਚ ਲੋਕਾਂ ਨੇ ਕੁਝ ਗੱਲਾਂ ਗਲਤ ਪਾ ਕੇ ਵਿੱਚ ਸਾਡੇ ਨਾਂ ਉੱਤੇ ਜਦੋਂ ਵੰਡਤੀਆਂ ਤੇ ਸਾਨੂੰ ਉਸ ਵਿੱਚ ਬਹੁਤ ਵੱਡਾ ਹਰਾਸਮੈਂਟ ਉਹਦੇ ਵਿੱਚ ਲੋਕੀ ਕੁਝ ਮੈਟਰ ਆਪਣੇ ਨਾਮ ਉੱਤੇ ਥੱਲੇ ਕੱਢ ਕੇ ਛਕਵਾ ਲੈਂਦੇ ਨੇ ਜਿਵੇਂ ਸਾਨੂੰ ਕਈ ਟੈਲੀਫੋਨ ਯੂ ਐਸਏ ਕੈਨੇਡਾ ਅਮਰੀਕਾ ਤੋਂ ਆਉਂਦੀਆਂ ਨੇ ਪਰ ਜੇ ਕਿਸੇ ਨੇ ਕਿਤਾਬ ਮੰਗਾਣੀ ਹੋਵੇ ਪਰ ਨਹੀਂ ਹੋਵੇ ਉਹ ਕਿਵੇਂ ਤੁਹਾਡੇ ਤੋਂ ਮੰਗਾ ਸਕਦਾ ਉਹ ਸਾਨੂੰ ਟੈਲੀਫੋਨ ਕਰਦੇ ਨੇ ਅਸੀਂ ਬਾਈ ਪੋਸਟ ਵੀ ਉਹਨਾਂ ਨੂੰ ਬੁਕਸ ਭੇਜ ਦਿੰਦੇ ਆ ਅੱਛਾ ਬੱਬਲ ਕੋ ਭੇਜ ਦਿੰਦੇ ਆ ਛਪਵਾਉਣ ਦੀ ਕਾਰਵਾਈ ਜਿਵੇਂ ਮੈਂ ਕਰਦਾ ਤੇ ਵੰਡਣ ਦੀ ਕਾਰਵਾਈ ਮੇਰੇ ਵੱਡੇ ਭਾਈ ਸਾਹਿਬ ਦੀ ਆ ਸਾਡੇ ਮਤਲਬ 1000 ਕਿਤਾਬ ਅਸੀਂ ਤਕਰੀਬਨ ਰੋਜ਼ ਵੰਡਦੇ ਆ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੁਣ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਗਿਆ ਵੀ 1000 ਕਿਤਾਬ ਵੰਡਦੇ ਹੋ ਹੁਣ ਲਿਟਰੇਰੀ ਬੰਦਾ ਤਾਂ ਬੜਾ ਖੁਸ਼ ਹੁੰਦਾ ਕਿਤਾਬ ਦੇਖ ਕੇ ਬਟ ਅੱਜ ਕੱਲ ਦਾ ਜਿਹੜਾ ਆਮ ਨੌਜਵਾਨ ਆ ਆਮ ਬੱਚਾ ਹੈ ਜਿਹਨੂੰ ਤੁਸੀਂ ਆਪਣੇ ਨਸ਼ਿਆਂ ਦੇ ਉੱਤੇ ਵੀ ਤੁਹਾਡੀਆਂ ਕਿਤਾਬਾਂ ਆਈਆਂ ਜੀ 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 ਮਦ ਦੇ ਉੱਤੇ ਵੀ ਆਈਆਂ ਤੁਸੀਂ ਕੋਈ ਨਾ ਕੋਈ ਲਿਟਰੇਚਰ ਦੇਣਾ ਚਾਹੋ ਅੱਜਕੱਲ ਪੜ੍ਹਨ ਦਾ ਸ਼ੌਕ ਬਹੁਤ ਘਟ ਗਿਆ ਹੈ ਲੋਕਾ ਦੇ ਵਿੱਚ ਉਹ ਕਹਿੰਦਾ ਉਹ ਪਹਿਲੇ ਹੀ ਦੇਖ ਜਾਂਦਾ ਐਨੀ ਵੱਡੀ ਕਿਤਾਬ ਦੇਖ ਕੇ ਡਰਦਾ ਨਹੀਂ ਜਾਂਦਾ ਪਰ ਉਹਦੇ ਲਈ ਕੋਈ ਛੋਟੀਆਂ-ਛੋਟੀਆਂ ਕੋਈ ਟੈਂਪਲ ਜੋ ਉਹਨਾਂ ਲਈ ਅਸੀਂ ਛੋਟੇ ਟ੍ਰੈਕਟ ਟਾਈਪ ਛੋਟੀਆਂ ਵੀ ਟ੍ਰੈਕਟ ਬਣਾਏ ਨੇ ਪੌਕਟ ਸਾਈਜ਼ ਜਿਹੜੇ ਪਾਕਟ ਦੇ ਵਿੱਚ ਤੁਸੀਂ ਰੱਖੋ ਜੀ ਪਰ ਕਿਤਾਬਾਂ ਦੇ ਬਾਰੇ ਫ੍ਰੀ ਦੇ ਹੋਣ ਦੇ ਸਾਡਾ ਐਕਸਪੀਰੀਅੰਸ ਇਹ ਹੈ ਵੀ ਚਾਹੇ ਕੋਈ ਸੱਜਣ ਇਹਨੂੰ ਪੜ੍ਹਦਾ ਹੈ ਨਹੀਂ ਪੜ੍ਹਦਾ ਉਹ ਲੈ ਲੰਦਾ ਸਾਡੇ ਕੋਲੋਂ ਜੀ ਪਰ ਕਿਤਾਬ ਇਹ ਚੱਲ ਕੇ ਆਪਣੇ ਆਪ ਉੱਥੇ ਪਹੁੰਚ ਜਾਂਦੀ ਜਿੱਥੇ ਇਹ ਲੋੜ ਵਾਲੀ ਦੀ ਗੱਲ ਹੈ ਸਾਨੂੰ ਕਈ ਜਗ੍ਹਾ ਤੇ ਉਹ ਜਿਹੜਾ ਟੈਲੀਫੋਨ ਆਉਂਦੇ ਨੇ ਜਿਵੇਂ ਅਸੀਂ ਇਟਲੀ 'ਚ ਕੋਈ ਕਿਤਾਬ ਮੁੰਡੇ ਉਹ ਇਦਾਂ ਹੀ ਸੰਗਤ ਦੇ ਸਰੂਪ ਹੀ ਪਹੁੰਚ ਗਿਆ ਅਸੀਂ ਅਸਫਰ ਦਰਬਾਰ ਸਾਹਿਬ ਦਰਬਾਰ ਸਾਹਿਬ ਚ ਵੰਡ ਦਿੰਦੇ ਆ ਕਿਤਾਬਾਂ ਜਾ ਕੇ ਸਰ ਸਫਰਨ ਸਿੰਘ ਮੁੰਡੇ ਹਫਤੇ ਦੋ ਵਾਰ ਜਾਂਦੇ ਜੀ ਦਰਬਾਰ ਸਾਹਿਬ ਅਸੀਂ ਕਿਤਾਬ ਵੰਡਦੇ ਉੱਥੇ ਸਾਰੀ ਦੁਨੀਆ ਦੇ ਬੰਦੇ ਆਏ ਹੁੰਦੇ ਸਾਨੂੰ ਅਗਲੇ ਦਿਨ ਟੈਲੀਫੋਨ ਮਕਾਉਜ਼ ਆਉਂਦੀ ਹੈ ਸੰਗਤ ਦੇ ਵਿੱਚ ਕੋਈ ਵੀ ਸੱਜਣ ਆਉਂਦਾ ਸਾਡੇ ਕੋਲ ਨਾ ਨਹੀਂ ਆਉਂਦੀ ਅਸੀਂ ਕਿਤਾਬ ਉਹਨਾਂ ਨੂੰ ਇੱਕ ਹੋਰ ਛੋਟਾ ਜਿਹਾ ਕੁਐਸਚਨ ਹੈ ਅੱਜਕੱਲ ਮਲਟੀਮੀਡੀਆ ਦਾ ਜ਼ਮਾਨਾ ਹੈ ਹਾਂਜੀ ਤੇ ਬੱਚੇ ਅੱਜਕੱਲ ਬੜੇ ਹੀ ਟੀਵੀ ਤੇ ਐਸੇ ਪ੍ਰੋਗਰਾਮ ਦੇਖਦੇ ਨੇ ਜਿਵੇਂ ਹਨੂਮਾਨ ਜੀ ਦਾ ਜਾਂ ਕੋਈ ਭੀਮ ਜੀ ਦਾ ਜਾਂ ਕੋਈ ਗਣੇਸ਼ ਜੀ ਦਾ ਉਹ ਬੜਾ ਉਧਰ ਅਟਰੈਕਟ ਹੋ ਰਹੇ ਨੇ ਹਾਂਜੀ ਤੇ ਕੋਈ ਐਸਾ ਲਿਟਰੇਚਰ ਵੀ ਡਿਵੈਲਪ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵੀ ਜੋ ਬੱਚਿਆਂ ਨੂੰ ਅਸੀਂ ਅਸੀਂ ਐਜ਼ ਅ ਕਾਮਿਕ ਟਾਈਪ ਵੀ ਐਜ਼ ਕੁਝ ਉਹਨਾਂ ਨੂੰ ਅਟਰੈਕਟ ਟਾਈਪ ਤੇ ਨਹੀਂ ਅਸੀਂ ਆਪਣੀ ਗੱਲ ਨੂੰ ਬਹੁਤ ਸਲੀਕੇ ਨਾਲ ਤੇ ਸੰਜੀਦਗੀ ਨਾਲ ਕਰਦੇ ਹਾਂ ਹਰਮੰਦਰ ਦਰਸ਼ਨ ਕਿਤਾਬ ਨੂੰ ਮੈਂ ਆਧਾਰ ਬਣਾ ਕੇ ਜੀ ਅਮਰੀਕਾ ਦੀ ਇੱਕ ਟੀਵੀ ਨੂੰ ਮੈਂ ਉਹਦੇ 52 ਐਪੀਸੋਡ ਰਿਕਾਰਡ ਕਰਵਾ ਕੇ ਆਇਆ ਹਾਂ ਜੀ ਉਹ ਉੱਥੇ ਚੱਲ ਰਹਿਣ ਹਰ ਸੈਟਰਡੇ ਔਰ ਸੰਡੇ ਨੂੰ ਜੀ ਔਰ ਜਿਹੜੇ ਦੁਨੀਆਂ ਦੇਖਦੀ ਹੈ ਉਹ ਮਹਿਸੂਸ ਕਰਦੀ ਕਿ ਹਾਇ ਰੱਬ ਅਸੀਂ ਕਿਸੋ ਉੱਡ ਗਰ ਮੰਦਰ ਸਾਹਿਬ ਪਹੁੰਚ ਜਾਈਏ ਜੀ ਜੇ ਇੱਕ ਐਪੀਸੋਡ ਦੇਖਦੀ ਹੈ ਤਾਂ 52 ਐਪੀਸੋਡ ਇਸ ਤਰ੍ਹਾਂ ਮੈਂ 26 ਐਪੀਸੋਡ ਲੰਡਨ ਰਿਕਾਰਡ ਕਰਵਾ ਕੇ ਆਇਆ ਗੁਰ ਇਕਵਾਲ ਸਿੰਘ ਉਹਨਾਂ ਨੇ ਉਹਦੇ 15 ਐਪੀਸੋਡ ਉਹ ਸਰਬੰਦਰ ਦਰਸ਼ਨ ਕਿਤਾਬ ਦੇ ਗਾ ਕੇ ਵਿਚਾ ਵਾਲੇ ਦੇ ਇੱਕ ਡਾਕਟਰ ਸੂਰ ਸਿੰਘ ਅਲੱਗ ਦੀ ਕਿਤਾਬ ਤੇ ਆਧਾਰ ਦੇ ਗੱਲ ਮੈਂ ਕਰ ਰਿਹਾ ਉਹਨਾਂ ਨੇ ਇਹ ਕਿਹਾ ਇਹ ਕਿਹਾ ਉਹ ਕਿਹਾ ਤੇ ਸੰਗਤ ਉਹ ਜਕਰਿਆਂ ਨਾਲ ਹੀ ਉਹ ਸਾਰੀ ਇਨਫੋਰਮੇਸ਼ਨ ਰਿਸੀਵ ਕਰਦੀ ਹੈ ਸਾਡਾ ਇਹ ਟੰਗ ਹੈ ਪਰ ਉਹ ਕਾਮਿਕ ਵਗੈਰਾ ਕਰਨ ਵਾਲੇ ਉਹ ਵੀ ਕਰ ਸਕਦੇ ਨੇ ਲੇਕਿਨ ਹਰ ਕੰਮ ਹਰ ਬੰਦਾ ਨਹੀਂ ਕਰ ਸਕਦਾ ਬਿਲਕੁਲ ਠੀਕ ਹੈ ਉਸੇ ਲਈ ਵਾਸਤੇ ਛੋਟੀਆਂ ਪਾਕਟ ਸਾਈਜ਼ ਬੁੱਕਸ ਵੀ ਬਹੁਤ ਤਿਆਰ ਕੀਤੀਆਂ ਅਸੀਂ 51 51 ਵਿਸ਼ਿਆਂ ਦੇ ਉੱਤੇ ਟਰੈਕਟ ਕਿੰਨੇ ਕਿੰਨੇ ਵਿਸ਼ੇ ਤੇ ਆਏ ਨੇ ਕੋਈ ਵਿਸ਼ੇ ਛੱਡਿਆ ਨਹੀਂ ਅਸੀਂ ਜਿਹੜਾ ਜਿਸ ਅਸੀਂ ਨਾ ਛਾਪਿਆ ਹੋਵੇ ਜਿਹੜੇ ਬੱਚਿਆਂ ਨਾਲ ਸੰਬੰਧ ਨੇ ਵੱਡਿਆਂ ਨਾਲ ਪਤਤ ਪੁਣਿਆ ਨਸ਼ੇ ਬਾਰੇ ਹੈ ਪਰ ਹਤਿਆ ਬਾਰੇ ਅਸੀਂ 8 ਲੱਖ ਕਿਤਾਬ ਬਣ ਚੁੱਕੇ ਹਾਂ ਜਿਸ ਸਾਡੀ ਉਹ ਕਿਤਾਬ ਪੜੀ ਆ ਅੰਜਮੀ ਬੱਚੀ ਕੁਝ ਕਹਿੰਦੀ ਹੈ ਉਸ 215 ਆਇਆ ਜਿਹੜਾ ਮੇਰੇ ਅਗੇ ਰੋਗ ਇਹਨੇ ਕਿਹਾ ਵੀ ਪਹਿਲੇ ਅਸੀਂ ਇਹ ਕੁਕਰਮ ਕੀਤਾ ਕਰ ਸੀ ਆਪਣੀ ਬੱਚੀ ਮਾਰੀ ਹੈ ਹੁਣ ਤੁਹਾਡੇ ਕੋਲ ਅਰਦਾਸ ਕਰਵਾਉਣ ਆਇਆ ਵੀ ਸਾਨੂੰ ਇੱਕ ਅਰਦਾਸ ਕਰੋ ਕਿ ਸਾਡੇ ਘਰ ਬੱਚੀ ਜੰਮੇ ਇਹ ਕਿਤਾਬ ਪੜਨ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਕਿਤਨਾ ਵੱਡਾ अपराध ਕੀਤਾ ਸਮੇਂ ਦੇ ਘਾਟ ਹੋਣ ਕਰਕੇ ਮੈਂ ਆਪ ਜੀ ਤੋਂ ਇੱਥੇ ਹੀ ਮਾਫੀ ਮੰਗਦਾ ਤੇ ਇਜਾਜ਼ਤ ਦਿਓ ਇੱਕ ਵਾਰ ਫਿਰ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਚ ਆਣ ਤੇ ਨਿਗਾਹ ਸਵਾਗਤ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ